ਵਾਹੀ ਗੁਰੂ ਜੀ ਆਉ ਜਾਣਦੇ ਹਾਂ ਗੁਰੂ ਘਰ ਦੇ ਪਿਆਰੇ ਸਿੱਖ ਭਾਈ ਸਾਲੋ ਜੀ ਬਾਰੇ। ਨੰ ਭਾਈ ਸਾਲੋ ਜੀ ਸੇਵਕ ਪਾਸ਼ਾਹੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਇੱਕ ਵਾਰ ਮੱਧ ਪ੍ਰਦੇਸ਼ ਦਾ ਰਾਜਾ ਕਮਲ ਸਿੰਘ ਮਹਾਰਾਜਾ ਗੁਰੂ ਅਰਜਨ ਦੇਹ ਸਾਹਿਬ ਜੀ ਪਾਸ ਅਨਾਂ ਦੀ ਉਪਮਾ ਸੌਣ ਕੇ ਉਹਨਾਂ ਦੇ ਦਰਸ਼ਨ ਕਰਨ ਲਈ ਸ੍ਰੀ ਅੰਮ੍ਰਿਤਸਰ ਸਾਹਿਬ ਆਇਆ। ਰਾਜੇ ਦੇ ਲੜਕੇ ਨੇ ਪਹਿਰਾਵਾ ਲੜਕੀਆਂ ਵਾਲਾ ਪਹਿਨਿਆ ਹੋਇਆ ਸੀ ਜਦੋਂ ਮਹਾਰਾਜ ਜੀ ਦੇ ਦਰਸ਼ਨਾਂ ਲਈ ਰਾਜਾ ਤੇ ਉਸ ਦਾ ਪਰਿਵਾਰ ਦਰਸ਼ਨੀ ਡਿਓੜੀ ਰਾਹੀਂ ਦਰਬਾਰ ਸੈਬ ਲੰਘਣ ਲੱਗੇ ਤਾਂ ਰਸਤੇ ਵਿੱਚ ਭਾਈ ਸਾਲੂ ਜੀ ਝਾੜੂ ਦੀ ਸੇਵਾ ਕਰ ਰਹੇ ਸਨ ਕੋਲੋਂ ਲੰਗਣ ਲੱਗੇ ਤਾਂ ਲੜਕੇ ਦਾ ਪੈਰ ਝਾੜੂ ਨੂੰ ਛੂ ਗਿਆ ਤੇ ਭਾਈ ਸਾਲੋ ਜੀ ਦੇ ਮੁਖੋਂ ਸਹਿਜ ਸੁਭਾਏ ਬਚਨ ਨਿਕਲੇ ਕਿ ਪੁੱਤਰੀ ਧਿਆਨ ਨਾਲ ਚੱਲੋ ਬੱਚਣ ਕਹਿਨ ਦੀ ਹੀ ਦੇਰ ਸੀ ਕਿ ਲੜਕੇ ਦੇ ਅੰਗ ਤੇ ਬੋਲੀ ਲੜਕੀਆਂ ਵਾਲੀ ਹੋ ਗਈ ਸਾਰੇ ਹੈਰਾਨ ਹੋ ਗਏ ਪਾਸ਼ਾਹੀ ਗੁਰੂ ਅਰਜਨ ਦੇ ਮਹਾਰਾਜ ਜੀ ਕੋਲ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਇੱਕ ਕੀ ਕੌਤਕ ਵਰਤ ਗਿਆ ਹੈ ਆਸਾਣੋਂ ਬੜੀਆਂ ਅਰਦਾਸਾਂ ਕਰਨ ਬਾਅਦ ਪੁੱਤਰ ਦੀ ਦਾਤ ਮਿਲੇ ਸੀ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜੀ ਸਮਝ ਗਏ ਕਿ ਇਹ ਭਾਈ ਸਾਲੋ ਜੀ ਹਨ ਜਿਨ੍ਹਾਂ ਦੇ ਵਾਕ ਅਟਲ ਹੁੰਦੇ ਹਨ ਸਤਿਗੁਰਾਂ ਜੀ ਨੇ ਬਚਨ ਕੀਤਾ ਕਿ ਉਸ ਬਾਬੇ ਦਾ ਵਾਕ ਖਾਲੀ ਨਹੀਂ ਜਾਂਦਾ ਪਰ ਹੁਣ ਤੂੰ ਕੱਲ ਨੂੰ ਫੇਰ ਲੜਕੀ ਨੂੰ ਲੜਕੀਆਂ ਵਾਲੇ ਬਸਤਰ ਪਹਿਨਾ ਕੇ ਦਰਸ਼ਨੀ ਡਿਉੜੀ ਲੈ ਕੇ ਜਾਣਾ ਜਿੱਥੇ ਬਾਬਾ ਜੀ ਝਾੜੂ ਦੇ ਰਹੇ ਹੋਣ ਇਹ ਆਪਣਾ ਪੈਰ ਝਾੜੂ ਤੇ ਰੱਖ ਦਵੇ ਦੂਜੇ ਪੈਣ ਸ਼ਿਗਰੂ ਅਜੰਦੇ ਮਹਾਰਾਜੀ ਦੇ ਕਹੇ ਅਨਸਾਰ ਰਾਜਾ ਕਮਲ ਨੇ ਇਸੇ ਤਰ੍ਹਾਂ ਹੀ ਕੀਤਾ ਜਦੋਂ ਅਸਤੇ ਪੁੱਤਰ ਨੇ ਝਾੜੂ ਤੇ ਪੈਰ ਲਾਇਆ ਤਾਂ ਭਾਈ ਸਾਲੋ ਜੀ ਨੇ ਬਚਨ ਕੀਤੇ ਕਿ ਪੁੱਤਰ ਧਿਆਨ ਨਾਲ ਚੱਲੋ ਲੜਕੀ ਫਿਰ ਲੜਕਾ ਬਣ ਗਈ ਇਹ ਕੌਤਕ ਦੇਖ ਕੇ ਸਭ ਰਾਜੇ ਸਮੇਤ ਭਾਈ ਸਾਲੋ ਜੀ ਦੇ ਚਰਨ ਪੈ ਗਏ ਵਾਹਿਗੁਰੂ ਜੀ ਭੁੱਲ ਚੁੱਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ